ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਉਹ ਮਲਬਾ ਹੈ ਜਿਸ ਦੀ ਹੇਠਾਂ ਲਗਜ਼ਰੀ ਗੱਡੀਆਂ ਫਸ ਗਈਆਂ ਨੇ ਅਤੇ ਵੱਡਾ ਨੁਕਸਾਨ ਹੋਇਆ ਹੈ। ਹਵਾ ਦੇ ਬੁੱਲੇ ਨੇ ਐਸਾ ਕਹਿਰ ਕੀਤਾ ਕਿ 5 ਗੱਡੀਆਂ ਇਸ ਮਲਬੇ ਦੇ ਹੇਠਾਂ ਆ ਗਈਆਂ ਤੇ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਇੱਕ ਖਾਲੀ ਪਲਾਟ ਦੇ ਵਿੱਚ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ। ਜਿਸ ਪਲਾਟ ਦੀ ਕੰਧ ਕਈ ਫੁੱਟ ਉੱਚੀ ਸੀ ਪਰ ਕਮਜ਼ੋਰ ਵੀ ਸੀ। ਜਦੋਂ ਲੋਕ ਇੱਥੇ ਗੱਡੀਆਂ ਖੜੀਆਂ ਕਰਕੇ ਆਪਣੇ ਘਰ ਨੂੰ ਚਲੇ ਗਏ ਉਸ ਦੌਰਾਨ ਵੀ ਤੇਜ਼ ਹਨੇਰੀ ਤੇ ਝੱਖੜ ਚੱਲ ਰਿਹਾ ਸੀ। ਜਿਵੇਂ ਹੀ ਗੱਡੀ ਲਾ ਕੇ ਇਹ ਅੰਦਰ ਪਹੁੰਚੇ ਨੇ ਤਾਂ ਪਿੱਛੋਂ ਆਵਾਜ਼ ਆਉਂਦੀ ਹੈ ਜ਼ੋਰਦਾਰ ਧਮਾਕੇ ਦੀ। ਜਿਵੇਂ ਹੀ ਲੋਕ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਉਹਨਾਂ ਦੀਆਂ ਲਗਜ਼ਰੀ ਗੱਡੀਆਂ ਤਬਾਹ ਹੋ ਗਈਆਂ ਨੇ, ਮਲਬਾ ਬਣ ਗਈਆਂ ਨੇ, ਕਿਉਂਕਿ ਕਈ ਫੁੱਟ ਉੱਚੀ ਕੰਧ ਉਹਨਾਂ ਦੇ ਉੱਤੇ ਜਾ ਕੇ ਡਿੱਗੀ ਹੈ। ਕਰੀਬ 5 ਗੱਡੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਇਸ ਮਲਬੇ ਦੇ ਹੇਠਾਂ ਦੱਬੀਆਂ ਗਈਆਂ ਨੇ ਤੇ ਵੱਡਾ ਨੁਕਸਾਨ ਹੋਇਆ ਹੈ। ਹੁਣ ਇਹਨਾਂ ਕਾਰਾਂ ਦੇ ਮਾਲਕ ਵੀ ਰੋਂਦੇ ਪਿੱਟਦੇ ਪਏ ਨੇ ਕਿ ਉਹਨਾਂ ਨੇ ਕਈ ਵਾਰ ਕਿਹਾ ਸੀ ਕਿ ਇਸ ਪਲਾਟ ਦੀ ਕੰਧ ਨੂੰ ਮਜ਼ਬੂਤ ਕੀਤਾ ਜਾਏ, ਪਰ ਫਿਰ ਵੀ ਗਲਤੀ ਕਿਸ ਦੀ ਹੈ ਇਹ ਤੁਸੀਂ ਦੱਸੋ, ਕਿਉਂਕਿ ਜੇ ਕੰਧ ਕਮਜ਼ੋਰ ਸੀ ਤਾਂ ਕੀ ਕੰਧ ਦੇ ਕੋਲ ਗੱਡੀਆਂ ਖੜਾਣੀਆਂ ਸਹੀ ਸੀ? ਹੁਣ ਇਹ ਖਾਲੀ ਪਲਾਟ ਦੇਖ ਕੇ ਲੋਕ ਇੱਥੇ ਗੱਡੀਆਂ ਤਾਂ ਲਗਾ ਰਹੇ ਸੀ ਪਰ ਵੱਡਾ ਨੁਕਸਾਨ ਹੋ ਗਿਆ। ਤੁਸੀਂ ਵੀ ਜੇਕਰ ਆਪਣੀਆਂ ਗੱਡੀਆਂ ਕਿਸੇ ਕੰਧ ਦੇ ਨੇੜੇ ਖੜੀ ਕਰਦੇ ਹੋ ਤਾਂ ਇਹ ਜ਼ਰੂਰ ਜਾਂਚ ਕਰ ਲਓ ਕਿ ਕਿਤੇ ਕੰਧ ਕਮਜ਼ੋਰ ਤੇ ਨਹੀਂ, ਹਨੇਰੀ ਜਾਂ ਝੱਖੜ ਦੇ ਕਾਰਨ ਵੱਡਾ ਨੁਕਸਾਨ ਤੁਹਾਡਾ ਵੀ ਹੋ ਸਕਦਾ ਹੈ। ਇਹ ਵੀਡੀਓ ਫਿਰੋਜ਼ਪੁਰ ਦੇ ਬਾਬਾ ਇਨਕਲੇਵ ਦੀ ਹੈ ਜਿੱਥੇ ਇੱਕ ਮੁਹੱਲੇ ਦੇ ਵਿੱਚ ਖਾਲੀ ਪਲਾਟ ਸੀ ਤੇ ਖਾਲੀ ਪਲਾਟ ਦੇ ਵਿੱਚ ਹੀ ਲੋਕ ਆਪਣੀਆਂ ਲਗਜ਼ਰੀ ਗੱਡੀਆਂ ਖੜੀਆਂ ਕਰਦੇ ਸਨ, ਪਰ ਤੇਜ਼ ਹਨੇਰੀ ਤੇ ਝੱਖੜ ਦੇ ਕਾਰਨ ਆਏ ਹਵਾ ਦੇ ਬੁੱਲੇ ਨੇ ਇਸ ਕੰਧ ਨੂੰ ਢਾ ਦਿੱਤਾ ਅਤੇ ਕੰਧ ਇਹਨਾਂ ਗੱਡੀਆਂ ਦੇ ਉੱਤੇ ਜਾ ਡਿੱਗੀ। ਨੁਕਸਾਨ ਕਿਸ ਕਦਰ ਹੋਇਆ ਹੈ ਉਹ ਤਸਵੀਰਾਂ ਦੇ ਵਿੱਚ ਸਾਫ਼ ਬਿਆਨ ਹੋ ਰਿਹਾ ਹੈ। ਗੱਡੀਆਂ ਦੇ ਅੰਦਰ ਤੱਕ ਇੱਟਾਂ ਹੀ ਇੱਟਾਂ ਵੜ ਗਈਆਂ ਨੇ ਅਤੇ ਗੱਡੀਆਂ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈਆਂ ਨੇ। ਹੁਣ ਲੋਕ ਇੱਥੇ ਮਦਦ ਦੀ ਗੁਹਾਰ ਲਗਾ ਰਹੇ ਨੇ। ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਧ ਕੋਈ ਇੰਨੀ ਸੋਲਿਡ ਨਹੀਂ ਲੱਗ ਰਹੀ ਸੀਗੀ। ਕਾਫੀ ਦੇਰ ਤੋਂ ਬੈਂਕ ਦੇ ਪੋਜੈਸ਼ਨ ਸੀਗੀ, ਐਵਰੀ ਜ਼ਮੀਨ ਦੇਵਰਾ ਹਾਈਟੈਕ ਫੈਕਟਰੀ ਸੀ ਪਹਿਲੇ, ਅਤੇ ਉਹਦੇ ਕਾਰਨ ਕੰਧ ਕਮਜ਼ੋਰ ਹੋਣ ਕਾਰਨ ਜਿਹੜੀ ਹੈ ਉਹ ਇੱਕੋਦਮ ਅਚਾਨਕ ਹੀ ਗਿਰ ਗਈ। ਬਹੁਤ ਤੇਜ਼ ਆਉਂਦੀ ਸੀ ਜੀ, ਅਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵ ਹੋ ਗਿਆ। ਥੋੜ੍ਹੀ ਦੇਰ ਪਹਿਲਾਂ ਹੀ ਲਗਾ ਕੇ ਗਏ ਸੀ ਗੱਡੀ, ਅਤੇ ਹਾਂਜੀ ਗੱਡੀਆਂ ਖਾਲੀ ਹੀ ਸੀਗੀਆਂ, ਕੋਈ ਹੈ ਨਹੀਂ ਸੀਗਾ। ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ, ਉਹ ਪਹਿਲਾਂ ਹੀ 2 ਮਿੰਟ ਪਹਿਲਾਂ ਲੈ ਕੇ ਗਏ ਸੀਗੇ ਗੱਡੀ ਆਪਣੀ ਇੱਥੋਂ ਚੱਕ ਕੇ, ਅਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਅਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ? ਟੋਟਲ 3 ਬਿਲਕੁਲ ਹੀ ਖਤਮ ਹੋ ਗਈਆਂ ਨੇ, ਅਤੇ ਹਾਂ 2 ਗੱਡੀਆਂ ਥੋੜ੍ਹੀਆਂ ਡੈਮੇਜ ਹੋਈਆਂ ਸੀ, ਉਹ ਲੈ ਕੇ ਠੀਕ ਕਰਵਾ ਰਹੇ ਨੇ। ਕਿੰਨੀਆਂ ਗੱਡੀਆਂ ਥੱਲੇ? ਟੋਟਲ 3 ਬਿਲਕੁਲ ਡੈਮੇਜ ਹੋਈਆਂ ਅਤੇ 2 ਨੂੰ ਥੋੜ੍ਹਾ ਥੋੜ੍ਹਾ ਨੁਕਸਾਨ ਹੋਇਆ। 5 ਗੱਡੀਆਂ ਸੀਗੀਆਂ ਅਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ, 3 ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ। ਅਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਭਰਵਾਈ ਕੀਤੀ ਜਾਏ ਤਾਂ ਕਿ ਕੁਛ ਰਿਲੀਫ ਮਿਲੇ, ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਾਂ ਜਿਨ੍ਹਾਂ ਦੀ ਮੋੜ ਗਈ ਕੀਤੀ ਹੋਈ ਸੀਗੀ, ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤਾਂ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ? ਹਾਂ, ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ। ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ, ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ, ਥੜੀ ਨੀਵੇਂ ਕਰਾ ਕੇ ਫਿਰ ਉਹ ਅੰਦਰ ਖੜੀ ਕਰ ਸਕਦੇ। ਇਹ ਖਾਲੀ ਪਲਾਟ ਹੈ, ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ, ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਤੇ ਘਰੇ ਵੜਿਆ ਤੇ ਨਾਲ ਹੀ।
ਕੀ ਹੋਇਆ ਪਿੱਛੋਂ ਤੂਫਾਨ ਆਇਆ ਕੀ? ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ। ਆਤੀ ਤੂਫਾਨ ਤੇ ਆ ਗਿਆ ਸੀ। ਹਾਂ ਹਾਂ ਹਵਾ ਤਾਂ ਕਾਫੀ ਤੇਜ਼ ਸੀ। ਇਹ ਡਿੱਗਿਆ ਕੀ ਤੇ? ਡੁੱਗਿਆ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇੱਟਾਂ ਦਾ। ਮੈਂ ਤਾਂ ਰਾਤ ਨੂੰ ਦੇਖਿਆ ਦੋ ਗੱਡੀਆਂ ਸੀ, ਦੋ ਤਿੰਨ ਥੱਲੇ ਆਈਆਂ ਹੋਈਆਂ। ਹੋਰ ਵੀ ਆਈਆਂ ਨੇ? ਹਾਂ ਹੋਰ ਪਤਾ ਨੀ ਕਿਹਨੇ ਕਿਹਦੀਆਂ ਕਿਹਦੀਆਂ ਸੀ। ਸਾਰੇ ਘਰ ਇੱਥੇ ਰੁਕਦੇ ਸੀ? ਇਹ ਤਾਂ ਹੁਣ ਮੇਰੇ ਵੱਡੇ ਬ੍ਰਦਰ ਨੂੰ ਪਤਾ, ਮੈਂ ਤਾਂ ਉਹਨਾਂ ਦੇ ਕੋਲ ਰਹਿੰਦਾ ਕਿ ਕਿਹੜੇ 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 ਘਰ ਆ ਕਿਹੜੇ ਨਹੀਂ। ਹੁਣ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਦਾ ਡੈਮੇਜ ਹੋ ਗਿਆ ਹੈ? ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਜੀ। ਉਹਨਾਂ 4 ਸਾਲ ਪੁਰਾਣੀ ਗੱਡੀ ਹੈਗੀ ਹੈ। ਹੋਰ ਵੀ ਹੋ ਗਿਆ ਜਿਹੜੀ ਬਾਕੀ ਹੋਰ ਜਿਹੜੀ ਗੱਡੀਆਂ ਉਹਨਾਂ ਦਾ ਵੀ ਹੋਇਆ। ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਸ਼ਾਸਨ ਦੀ ਮੰਗ ਸਰਕਾਰ ਤੋਂ? ਸਰਕਾਰ ਤੋਂ ਮੰਗ ਇਹ ਹੈ ਵੀ ਸਾਡੀ ਗੱਡੀ ਦਾ ਕਲੇਮ ਕਲੂਮ ਦਿੱਤਾ ਜਾਵੇ, ਸਾਡੀ ਮਦਦ ਕੀਤੀ ਜਾਵੇ।